ਸ੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਥੋੜਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਵਿੱਚ ਕਿਹਾ ਸੀਗਾ ਨਾ, ਵੀ ਮੈਂ ਜਿਹੜੇ ਸੂਟ ਸਟਿਚਿੰਗ ਕਰਕੇ ਸਿਲਾਈ ਕਰਵਾ ਕੇ ਲੈ ਕੇ ਆਈ ਹਾਂ ਆਪਣੇ, ਤੇ ਖਰੀਦੇ ਸੀਗੇ ਨਵੇਂ ਆਪਾਂ ਨੇ ਨਾ, ਤੇ ਨਾ ਤੁਹਾਡੇ ਨਾਲ ਆਪਾਂ ਨੇ ਖਰੀਦਣ ਦੀ ਵੀਡੀਓ ਸ਼ੇਅਰ ਕਰੀ ਤੇ ਨਾ ਦਿਖਾਈ ਹਨ ਘਰ ਲਿਆਣ ਕੇ। ਤੇ ਹੁਣ ਆਪਾਂ ਜਿਹੜੇ ਸਟਿਚਿੰਗ ਹੋ ਕੇ ਸੂਟ ਆਪਣੇ ਆ ਗਏ, ਤੇ ਦੋ ਸੂਟ ਤੁਸੀਂ ਮੇਰੇ ਪਾਏ ਹੋਏ ਦੇਖ ਵੀ ਲਏ। ਵੈਸੇ ਚਲੋ ਆਪਾਂ ਤੁਹਾਨੂੰ ਦੁਬਾਰੇ ਦਿਖਾ ਦਿੰਦੇ। ਤੇ ਕੱਲ ਪਰਸੋਂ ਲੈ ਕੇ ਆਈ ਸੀ ਮੈਂ ਸੂਟ ਸਟਿਚਿੰਗ ਕਰਵਾ ਕੇ, ਟਾਈਮ ਮੈਨੂੰ ਲੱਗੇ ਨੀ ਹੈਗਾ ਵੀਡੀਓ ਬਣਾਉਣ ਦਾ। ਲੋ ਜੀ, ਆਪਾਂ ਤੁਹਾਨੂੰ ਸਟਿਚਿੰਗ ਹੋਏ ਹੋਏ ਸੂਟ ਦਿਖਾ ਦਿੰਦੇ ਆ ਆਪਣੇ। ਤੇ ਜਿੱਦ ਦੁਪੱਟੇ ਸਭ ਤੋਂ ਪਹਿਲਾਂ ਜੀ ਮੇਰੇ ਇਹ ਸੂਟ ਤੁਸੀਂ ਦੇਖੇ ਹੋਣੇ ਪਾਏ ਹੋਏ ਹਨ, ਖਾਸ ਕਰਕੇ ਇਹ ਵਾਲਾ ਸੂਟ ਤਾਂ ਬਹੁਤ ਜ਼ਿਆਦਾ ਪਾਇਆ ਮੈਂ। ਆ ਦੇਖੋ, ਇਹ ਲਵੰਡਰ ਜੀ ਸ਼ੇਡ ਹੈ, ਤੇ ਚਾਕਾਂ ਵਾਲੀ ਫਰਾਕ ਬਣਵਾਈ ਹੈ ਆਪਾਂ ਇਹ, ਤੇ ਏਦਾਂ ਇਹਦੇ ਉੱਪਰ ਆਪਾਂ ਨੇ ਲਗਵਾਈ ਹੈ ਲੈਸ ਗਲੇ ਤੇ, ਬਾਹਾਂ ਤੇ ਚਾਕਾਂ ਦੇ। ਤੇ ਇਹ ਹੈਗੀ ਜੀ ਇਹਦੀ ਸਲਵਾਰ, ਸਲਵਾਰ ਬਣਾਈ ਹੈ ਜੀ ਆਪਾਂ ਨੇ ਨੈਰੋ, ਤੇ ਨਾਲ ਦਾ ਇਹ ਹੈਗਾ ਜੀ ਦੁਪੱਟਾ ਇਹਦਾ। ਇਹ ਸੂਟ ਹੈਗਾ ਜੀ ਆਪਣਾ ਮਸਲੀਨ ਦਾ, ਇਹ ਨਾ ਮੈਂ ਵਿਦਆਊਟ ਲਾਈਨਿੰਗ ਤੋਂ ਬਣਵਾਇਆ ਹੈ, ਬਹੁਤ ਜ਼ਿਆਦਾ ਸੋਫਟ ਕੱਪੜਾ ਹੈ। ਇਹ ਆਪਣਾ ਸੂਟ ਆਇਆ ਜੀ 1250 ਦਾ, ਇਹ ਮੈਨੂੰ ਮੇਰੀ ਫਰੈਂਡ ਨੇ ਦਵਾਇਆ ਹਰਪ੍ਰੀਤ ਨੇ। ਤੇ ਇੱਕ ਇਹ ਵਾਲਾ ਸੂਟ ਹੈ ਜੀ, ਇਹਦੀ ਆਪਾਂ ਨੇ ਫਰਾਕ ਬਣਵਾਈ ਹੈ, ਇਹ ਬਣਾਇਆ ਆਪਾਂ ਨੇ ਅਨਾਰਕਲੀ ਟਾਈਪ ਸੂਟ, ਇਹ ਵੀ ਤੁਸੀਂ ਮੇਰੇ ਕਾਫੀ ਵੀਡੀਓ ਚ ਪਾਇਆ ਹੋਇਆ ਦੇਖਿਆ ਹੋਣਾ। ਦੇਖੋ ਕਲੀਆਂ ਵਾਲੀ ਫਰਾਕ ਹੈ ਇਹ, ਤੇ ਏਦਾਂ ਇਹਦੀ ਬਾਹਾਂ ਗਲੇ ਤੇ ਸੋਰੀ ਲੈਸ ਲਗਵਾਈ ਹੈ, ਤੇ ਬਾਹਾਂ ਤੇ ਏਦਾਂ, ਤੇ ਏਦਾਂ ਘੇਰੇ ਤੇ। ਤੇ ਇਹਦਾ ਦੁਪੱਟਾ ਆਪਾਂ ਨੇ ਅਲੱਗ ਤੋਂ ਲੈ ਕੇ ਦਾਈ ਕਰਵਾਇਆ ਸੀਗਾ। ਇਹ ਸੂਟ ਤੇ ਹੈ ਜੀ ਆਪਾਂ ਨੂੰ 800 ਰੁਪਏ ਦਾ 5 ਮੀਟਰ, ਤੇ ਇਹ ਸੂਟ ਲਿਆ ਸੀਗਾ ਆਪਾਂ ਨੇ 6.5 ਮੀਟਰ, ਇਹ ਆਪਾਂ ਨੂੰ 1000 ਰੁਪਏ ਦਾ ਸੂਟ ਪੈ ਗਿਆ। ਲੋ ਜੀ, ਇੱਕ ਆਪਣਾ ਇਹ ਸੂਟ ਸੀਗਾ, ਇਹ ਵੀ ਮੈਂ ਇੱਕ ਵਾਰੀ ਪਾ ਲਿਆ ਪਰ ਇਹਦੀ ਵੀਡੀਓ ਨਹੀਂ ਬਣੀ ਹੈਗੀ। ਲੋ ਜੀ, ਇਹ ਏਦਾਂ ਇਹਦੇ ਉੱਪਰ ਪ੍ਰਿੰਟ ਹੈ, ਪ੍ਰਿੰਟ ਦੇ ਵਿੱਚ ਜਿਹੜਾ ਗੋਟਾ ਪੱਤੀ ਦਾ ਵਰਕ ਕਰਿਆ ਹੋਇਆ ਹੈ, ਏਦਾਂ ਜੀ ਇਹਦੇ ਉੱਪਰ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਦੇਖੋ, ਤੇ ਏਦਾਂ ਇਹਦੇ ਉੱਪਰ ਘੇਰੇ ਦੇ ਉੱਪਰ ਹੈਗਾ ਜੀ ਕੱਟ ਵਰਕ, ਕੱਟ ਵਰਕ ਦੇ ਨਿਸ਼ਾਨ ਦਿੱਤੇ ਹੋਏ ਪਰ ਕੱਟ ਵਰਕ ਨਹੀਂ ਕਰਿਆ ਹੋਇਆ। ਤੇ ਏਦਾਂ ਇਹਦੀ ਬੈਕ ਹੈ ਦੇਖੋ, ਇਹਦੇ ਉੱਪਰ ਆਪਾਂ ਨੇ ਕੋਈ ਲੈਸ ਨਹੀਂ ਲਗਵਾਈ, ਕੋਈ ਕੁਛ ਨਹੀਂ ਕਰਿਆ ਹੈਗਾ। ਦੇਖੋ ਏਦਾਂ ਗੋਟਾ ਪੱਤੀ ਦੇ ਵਿੱਚ ਵਰਕ ਹੈ। ਤੇ ਸਲਵਾਰ ਹੈਗੀ ਜੀ ਇਹਦੀ ਪਲੇਨ, ਤੇ ਦੁਪੱਟਾ ਹੈਗਾ ਜੀ ਕੱਟ ਵਰਕ ਵਾਲਾ, ਦੁਪੱਟਾ ਹੈਗਾ ਜਿਹਦਾ ਮਸਲੀਨ ਦਾ। ਦੇਖੋ ਏਦਾਂ ਦੁਪੱਟਾ ਹੈ ਪ੍ਰਿੰਟ ਦਾ, ਬਹੁਤ ਸੋਹਣਾ ਲੱਗਦਾ ਇਹ ਸੂਟ ਪਾਇਆ ਹੋਇਆ ਵੀ। ਇਹ ਸੂਟ ਹੈਗਾ ਜੀ ਆਪਣਾ 2200 ਦਾ, ਕੋਟਨ ਦੀ ਸਲਵਾਰ ਹੈ ਇਹਦੇ ਨਾਲ। ਇਹ 300 ਮੈਂ ਪਾ ਲਈ, ਤੇ ਇਹ ਬਿਲਕੁਲ ਹਜੇ ਪਰਸੋਂ ਹੀ ਆਈ ਨੀ ਸਿਲਾਈ ਹੋ ਕੇ। ਇਹ ਵੀ ਕੋਟਨ ਦਾ ਸੂਟ ਹੈ ਜੀ, ਆ ਦੇਖੋ
ਇਹਦੇ ਆਪਾਂ ਨੇ ਕੋਈ ਡਿਜ਼ਾਈਨਿੰਗ ਨਹੀਂ ਕਰਵਾਈ ਹੈਗੀ। ਇਹਦੇ ਉੱਪਰ ਏਦਾਂ ਹੀ ਦੇਖੋ ਪੱਲੇ ਦੇ ਉੱਪਰ ਰੁਕ ਕੇ ਲਿਆ ਉਹਨਾਂ ਨੂੰ ਗੁੱਥ ਮੜ ਗਿਆ। ਆ ਦੇਖੋ ਇਹਦੇ ਪੱਲੇ ਦੇ ਉੱਪਰ ਏਦਾਂ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਲੈਸ ਲਾਈ ਹੋਈ ਹੈ ਤੇ ਬਾਹਾਂ ਤੇ ਕੁਛ ਨਹੀਂ ਹੈਗਾ, ਬਾਹਾਂ ਪਲੇਨ ਨੇ। ਇਹਦੇ ਉੱਪਰ ਆਪਾਂ ਨੇ ਕੋਈ ਹੋਰ ਲੈਸ ਵਗੈਰਾ ਕੁਛ ਨਹੀਂ ਲਗਵਾਇਆ ਹੈਗਾ ਤੇ ਬੈਕ ਤੇ ਲਗਵਾਈ ਹੈ ਜੀ ਆਪਾਂ ਨੇ ਜਿੱਪ। ਤੇ ਇਹ ਹੈਗੀ ਜੀ ਇਹਦੀ ਸਲਵਾਰ, ਇਹ ਵੀ ਸਟਫ ਜਿਹੜਾ ਬਹੁਤ ਵਧੀਆ ਹੈ। ਤੇ ਇਹ ਹੈਗਾ ਜੀ ਦੁਪੱਟਾ, ਪਲੇਨ ਦੁਪੱਟਾ ਹੈ। ਦੁਪੱਟੇ ਦੇ ਆਲੇ ਦੁਆਲੇ ਇੱਦਾਂ ਪੱਟੀ ਲਾ ਕੇ ਲੈਸ ਲਾਈ ਹੋਈ ਹੈ। ਗਰਮੀਆਂ ਚ ਤਾਂ ਹੁਣ ਇੱਦਾਂ ਦੇ ਸੂਟ ਪਾਉਂਗੇ ਹਨਾ, ਤੇ ਪਿਓਰ ਦਾ ਦੁਪੱਟਾ ਹੈ ਜੀ ਇਹਦਾ। ਤੇ ਇਹ ਤਿੰਨ ਸੂਟ ਹੈਗੇ ਮੇਰੇ ਸਰਦਾਰ ਜੀ ਦੀ ਪਸੰਦ ਦੇ, ਤੁਹਾਨੂੰ ਦਿਖਾਉਂਦੀ ਹਾਂ ਕਿਹੜੇ ਕਿਹੜੇ। ਦੇਖੋ ਇਹਦੇ ਉੱਪਰ ਆਪਾਂ ਨੇ ਏਦਾਂ ਡਿਜ਼ਾਈਨਿੰਗ ਕਰਵਾਈ ਹੈ, ਪ੍ਰਿੰਟ ਦਾ ਸੂਟ ਹੈ ਇਹ, ਏਦਾਂ ਗਲੇ ਤੇ ਡਿਜ਼ਾਈਨਿੰਗ ਕਰਵਾਈ ਹੈ। ਦੇਖੋ ਗ੍ਰੀਨ ਕਲਰ ਦੀ ਲੈਸ ਲਗਵਾ ਕੇ ਪੱਟੀ ਲਵਾ ਲਈ ਤੇ ਬਟਨ ਲਵਾ ਲਈ ਤੇ ਏਦਾਂ ਚਾਕਾਂ ਦੀ ਲੈਸ ਲਗਵਾ ਲਈ। ਦੇਖੋ ਤੇ ਬਾਹਾਂ ਤੇ ਵੀ ਇੱਦਾਂ ਹੀ ਲੈਸ ਲੱਗੀ ਹੋਈ। ਇਹ ਹੈਗੀ ਜੀ ਇਹਦੀ ਸਲਵਾਰ ਤੇ ਇਹ ਹੈਗਾ ਜੀ ਦੁਪੱਟਾ, ਇਹਦਾ ਪ੍ਰਿੰਟ ਦਾ ਦੁਪੱਟਾ ਹੈ, ਪਿਓਰ ਦਾ ਦੁਪੱਟਾ ਹੈ ਜੀ। ਤੇ ਇਹ ਹੈਗਾ ਜੀ ਮੇਰੇ ਸਰਦਾਰ ਜੀ ਦੀ ਪਸੰਦ ਦਾ ਸੂਟ ਹੈ ਜੀ। ਬਾਕੀ ਤੁਹਾਨੂੰ ਪਾ ਕੇ ਵੇਅਰ ਕਰਕੇ ਆਪਾਂ ਸੂਟ ਜ਼ਰੂਰ ਦਿਖਾਵਾਂਗੇ, ਬਹੁਤ ਸੋਹਣਾ ਸੂਟ ਹੈ ਜੀ। ਤੇ ਇਹ ਸੂਟ ਆਇਆ ਸੀਗਾ ਜੀ 1100 ਰੁਪਏ ਦਾ। ਲਓ ਜੀ ਕੇ ਸੂਟ ਹੈ, ਇਹ ਹੈਗਾ ਜੀ ਵਿਦਆਊਟ ਦੁਪੱਟੇ ਦਾ, ਇਹ ਪ੍ਰਿੰਟ ਮੇਰੀ ਪਸੰਦ ਦਾ ਹੈ। ਇਹ ਹੈਗੀ ਜੀ ਸਲਵਾਰ ਤੇ ਇਹਦੀ ਵੀ ਆਪਾਂ ਨੇ ਫਰੋਕ ਬਣਵਾਈ ਹੈ। ਇੱਦਾਂ ਇਹਦੇ ਉੱਪਰ ਲੈਸ ਲੱਗੀ ਹੋਈ ਹੈ। ਇਹ ਹੈਗਾ ਜੀ ਗਲਾ ਤੇ ਇੱਥੇ ਲੈਸ ਹੈ ਤੇ ਬਾਹਾਂ ਦੀ ਡਿਜ਼ਾਈਨਿੰਗ ਇਹਦੀ ਇਹ ਆ। ਦੇਖੋ ਤੁਹਾਨੂੰ ਨੇੜੇ ਦਿਖਾ ਦਿੰਦੇ ਹਾਂ, ਇਹ ਬਾਹਾਂ ਦੀ ਡਿਜ਼ਾਈਨਿੰਗ ਹੈ, ਇੱਦਾਂ ਕੱਟ ਹੈ ਦੋਨੋਂ ਬਾਹਾਂ ਦੇ, ਬਾਹਾਂ ਡਿਜ਼ਾਈਨ ਵਾਲੀ ਕੀਤੀਆਂ ਨੇ। ਤੇ ਇਹਦਾ ਦੁਪੱਟਾ ਲੈਣਾ, ਦੁਪੱਟਾ ਇਹਦਾ ਇਹ ਵਾਲੇ ਕਲਰ ਦਾ ਹੀ ਲਊਂਗੀ ਮੈਂ, ਡਾਈ ਕਰਵਾਉਂਗੀ ਹਜੇ, ਡਾਈ ਕਰਵਾਉਣਾ ਹੈ। ਤੇ ਇਹ ਹੈਗੀ ਜੀ ਇਹਦੀ ਸਲਵਾਰ, ਤੇ ਇੱਕ ਹੈਗਾ ਜੀ ਸੂਟ ਇਹ ਵਾਲਾ, ਇਹ ਦੁਪੱਟਾ ਹੁੰਦਾ ਇੱਥੇ ਗਿਆ। ਲਓ ਜੀ ਇਹਦੇ ਤੇ ਵੀ ਆਪਾਂ ਨੇ ਇਹਦੇ ਤੇ ਲਗਵਾਈ ਜੀ ਆਪਾਂ ਨੇ ਵਾਈਟ ਕਲਰ ਦੀ ਲੈਸ, ਗਲਾ ਕਰਵਾਏ ਜੀ ਆਪਣੇ ਚੌਰਸ ਤੇ ਏਦਾਂ ਬਾਹਾਂ ਤੇ ਡਿਜ਼ਾਈਨਿੰਗ ਕਰਵਾਈ ਹੈ ਵਾਈਟ ਕਲਰ ਦੀ ਲੈਸ ਲਗਵਾ ਕੇ ਤੇ ਏਦਾਂ ਪੱਲੇ ਵੀ ਆ ਦੇਖੋ ਪਿੰਟੈਕਸ ਪਵਾ ਕੇ ਤੇ ਏਦਾਂ ਲੈਸ ਲਗਵਾ ਲਈ, ਏਦਾਂ ਦਿੱਤੀ ਹੈ ਡਿਜ਼ਾਈਨਿੰਗ ਇਹਨੂੰ ਆਪਾਂ ਨੇ। ਚੱਕਾਂ ਤੇ ਆਪਾਂ ਨੇ ਕੋਈ ਲੈਸ ਨਹੀਂ ਲਗਵਾਈ ਹੈਗੀ। ਤੇ ਇਹ ਹੈਗੀ ਜੀ ਇਹਦੀ ਸਲਵਾਰ ਤੇ ਦੁਪੱਟਾ ਹੈਗਾ ਜੀ ਇਹਦਾ ਏਦਾਂ ਦਾ, ਪਿਓਰ ਦਾ ਦੁਪੱਟਾ ਇਹ ਵੀ
ਤੇ ਇਹ ਸੂਟ ਹੁੰਦੇ ਇੱਕ ਇਹ ਵਾਲਾ ਸੂਟ ਜਿਹੜਾ ਸੂਟ ਤਾਂ ਆਪਾਂ ਨੇ ਕਾਫੀ ਸਿਲਾਈ ਕਰਵਾ ਲਏ ਤੇ ਇੱਕ ਹੈਗਾ ਜੀ ਇਹ ਵਾਲਾ ਸੂਟ ਇਹ ਸੂਟ ਨਾ ਮੈਂ ਲੈ ਤਾਂ ਲਿਆ ਹੁਣ ਮੈਨੂੰ ਇਹ ਲੱਗ ਰਿਹਾ ਵੀ ਇਹ ਸੂਟ ਜਿਹੜਾ ਗਰਮੀਆਂ ਚ ਨਹੀਂ ਪਾਊਗਾ ਕਿਉਂਕਿ ਨਾ ਇਹ ਮਸਲੀਨ ਹੈਗੇ ਦੂਜੀ ਇਹਦੇ ਵਿੱਚ ਹਲਕੀ ਹਲਕੀ ਜਿਹੀ ਤਾਰਾਂ ਜਿਹੀ ਹੁੰਦੀਆਂ ਨੇ ਕਿਉਂਕਿ ਇਹਦੇ ਵਿੱਚ ਚਮਕ ਹੈ ਇਹਦੇ ਵਿੱਚ ਮੈਂ ਲੈਸ ਵੀ ਨਾ ਸੋਰੀ ਉਹ ਵੀ ਨਹੀਂ ਲਗਵਾਈ ਹੈਗੀ ਲਾਈਨਿੰਗ ਵੀ ਨਹੀਂ ਲਗਵਾਈ ਹੈਗੀ ਦੇਖਦੇ ਜੇ ਹੁਣ ਪਾਓਗੇ ਠੀਕ ਹੈ ਨਹੀਂ ਥੋੜ੍ਹੇ ਜਿਹੇ ਮੌਸਮ ਚੇਂਜ ਹੋਊਗਾ ਨਾ ਫਿਰ ਪਾਓਗੇ ਆਹ ਦੇਖੋ ਏਦਾਂ ਇਹਦੇ ਫਰੰਟ ਦੀ ਡਿਜ਼ਾਈਨਿੰਗ ਹੈ ਹਲਕੀ ਜਿਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਬੁਟੀਕ ਵਰਕ ਹੈ ਤੇ ਇਹਦੀਆਂ ਬਾਹਾਂ ਕਰੀਆਂ ਹੋਈਆਂ ਜੀ ਏਦਾਂ ਕੱਟ ਵਰਕ ਵਾਲੀਆਂ ਕਟਾਵਾਂ ਵਾਲੀਆਂ ਸੋਰੀ ਤੇ ਏਦਾਂ ਹੈਗਾ ਜੀ ਇਹਦਾ ਪੱਲਾ ਪੱਲੇ ਤੇ ਏਦਾਂ ਹੀ ਡਿਜ਼ਾਈਨ ਸੀਗਾ ਪੱਲੇ ਤੇ ਆਪਾਂ ਨੇ ਕੋਈ ਡਿਜ਼ਾਈਨਿੰਗ ਨਹੀਂ ਕਰਵਾਈ ਹੈਗੀ ਤੇ ਸਲਵਾਰ ਹੈਗੀ ਇਹਦੀ ਏਦਾਂ ਦੀ ਲਾਈਨਿੰਗ ਵਾਲੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਦੁਪੱਟਾ ਵੀ ਜਿਹੜਾ ਆਪਣਾ ਪਿਓਰ ਦਾ ਹੈ ਏਦਾਂ ਜਿਹੜਾ ਸੂਟ ਹੈ ਇੱਕ ਸੂਟ ਇਹ ਆਪਣਾ ਇਹਦੇ ਇਹਦਾ ਮੈਨੂੰ ਪ੍ਰਾਈਜ਼ ਯਾਦ ਨਹੀਂ ਹੈਗਾ ਜਿਹਨਾਂ ਦੇ ਤੁਹਾਨੂੰ ਪ੍ਰਾਈਜ਼ ਯਾਦ ਸੀਗੇ ਤੁਹਾਨੂੰ ਦੱਸ ਦੇ ਤੇ ਇਹ ਸੂਟ ਦਿੱਤਾ ਸੀਗਾ ਮੈਨੂੰ ਮੰਮੀ ਨਾਲ ਉਹ ਵੈਸੇ ਪਹਿਲਾਂ ਵੀ ਸੂਟ ਮੇਰੀ ਮੰਮੀ ਨਾਲ ਦਿੱਤੇ ਹੋਏ ਨੇ ਇੱਕ ਇਹ ਸੂਟ ਸਿਲਾਈ ਕਰਾਇਆ ਆਪਾਂ ਨੇ ਇਹ ਸੂਟ ਮੈਨੂੰ ਦਿੱਤਾ ਸੀਗਾ ਜਦੋਂ ਮੇਰੇ ਤਾਈ ਦੀ ਡੈਥ ਹੋਈ ਸੀਗੀ ਉਦੋਂ ਦਿੱਤਾ ਸੀਗਾ ਇਹ ਸੂਟ ਭੋਗ ਤੇ ਏਦਾਂ ਇਹਦੇ ਉੱਪਰ ਦੇਖੋ ਪੱਲੇ ਦੇ ਉੱਪਰ ਧਾਗੇ ਦਾ ਵਰਕ ਕੀਤਾ ਹੋਇਆ ਨੀਚੇ ਇੱਧਰ ਮਿਰਰ ਲੱਗੇ ਹੋਏ ਨੇ ਤੇ ਏਦਾਂ ਹੀ ਗਲੇ ਤੇ ਡਿਜ਼ਾਈਨਿੰਗ ਹੈ ਤੇ ਬਾਹਾਂ ਤੇ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਬਾਹਾਂ ਪਲੇਨ ਨੇ ਸਲਵਾਰ ਇਹਦੀ ਇਹ ਹੈ ਕੋਟਨ ਦੀ ਤੇ ਦੁਪੱਟਾ ਇਹਦਾ ਹੈਗਾ ਜੀ ਕੱਟ ਵਰਕ ਵਾਲਾ ਬਹੁਤ ਪਿਆਰਾ ਦੁਪੱਟਾ ਹੈ ਪੀਚ ਜਿਹਾ ਦੁਪੱਟਾ ਇਹ ਪੀਚ ਜੀ ਸ਼ੇਡ ਹੈ ਲਓ ਜੀ ਇਹ ਤਾਂ ਸੀਗੇ ਆਪਣੇ ਸੂਟ ਹੈ ਨਾ ਜਿਹੜੇ ਆਪਾਂ ਨੇ ਸਿਲਾਈ ਕਰਾ ਕੇ ਕੁਛ ਹਜੇ ਅਨਟੱਚ ਪਏ ਨੇ ਤਿੰਨ ਸੂਟ ਆਪਾਂ ਨੇ ਪਾ ਲਏ ਸੀਗੇ ਹੈ ਨਾ ਲਓ ਜੀ ਹੁਣ ਇਹ ਸੂਟਾਂ ਨੂੰ ਸਾਰਿਆਂ ਨੂੰ ਚੱਕ ਕੇ ਆਪਾਂ ਰੱਖ ਦਿੰਦੇ ਹਾਂ ਕਿਉਂਕਿ ਜਦੋਂ ਕਿਤੇ ਜਾਵਾਂਗੇ ਜਾਂ ਕੋਈ ਫੰਕਸ਼ਨ ਹੋਊਗਾ ਨਾ ਉਦੋਂ ਪਾ ਹੋਣੇ ਚਲੋ ਜੀ ਹੁਣ ਆਪਾਂ ਕਰੀਏ ਰੋਟੀ ਪਾਣੀ ਦੀ ਤਿਆਰੀ ਸ਼ਾਮ ਦਾ ਟਾਈਮ ਹੈ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ 7 ਵੱਜ ਗਏ ਹੋਣੇ ਤੇ ਅੱਜ ਆਪਣੇ ਘਰੇ ਹੈ ਨਾ ਇੱਕ ਸ਼ੇਰੂ ਆਇਆ ਹੈ ਬਹੁਤ ਪਿਆਰਾ ਡੋਗੀ ਹੈ ਹੈ ਨਾ ਸਰਦਾਰ ਜੀ ਖੇਤਾਂ ਵਿੱਚ ਗਏ ਸੀਗੇ ਹੈ ਨਾ ਜਦੋਂ ਖੇਤਾਂ ਵਿੱਚ ਗਏ ਕਹਿੰਦੇ ਮੈਂ ਨਾ ਉੱਥੇ ਨਾ ਕਹਿੰਦੇ ਇੱਕ ਕੁੱਤਾ ਸੀਗਾ ਕਹਿੰਦੇ ਮੈਂ ਉਹਨੂੰ ਪੁੱਛਿਆ ਰੇੜੀ ਵਾਲੇ ਨੂੰ ਵੀ ਆਹ ਵੀ ਕੁੱਤਾ ਕੀ ਦਾ ਕਹਿੰਦੇ ਮੇਰੇ ਤਾਂ ਹੈ ਨੀ ਵੀ ਕਿਸੇ ਨਾਲ ਆ ਗਿਆ ਹੋਣਾ ਇਹ ਹੈ ਨਾ ਸਰਦਾਰ ਜੀ ਕਹਿੰਦੇ ਪਹਿਲਾਂ ਤਾਂ ਮੈਨੂੰ ਭੌਂਕਿਆ ਹੈ ਨਾ ਵੀ ਡਰਾਇਆ ਜਿਵੇਂ ਉਹਨੇ ਕਹਿੰਦੇ ਉਸ ਤੋਂ ਬਾਅਦ ਚ ਮੈਂ ਉਹਨੂੰ ਨੇੜੇ ਬੁਲਾ ਕੇ ਤਾਂ ਸਿਰ ਜਾ ਪਲੋਸਦੇ ਆ ਤੇ ਪਿਆਰ ਜਾ ਕਰਦੇ ਕਹਿੰਦੇ ਕੁੱਤਾ ਮੇਰੇ ਨਾਲ ਲੱਗਿਆ ਮੈਂ ਮੋਟਰਸਾਈਕਲ ਤੇ ਹੱਥ ਮਾਰਿਆ ਵੀ ਇੱਥੇ ਬਹਿ ਜਾ ਬੈਠਣ ਲੱਗਿਆ ਕਹਿੰਦੇ ਦੂਜੇ ਪਾਸੇ ਨੂੰ ਫਿਸਲ ਕੇ ਗਿਰ ਗਿਆ ਹਨਾ ਕਹਿੰਦੇ ਮੈਂ ਅੱਗੇ ਮੋਟਰ ਤੇ ਚਲੇ ਗਏ ਮੇਰੇ ਨਾਲ ਨਾਲ ਕਹਿੰਦੇ ਕਹਿੰਦੇ ਫਿਰ ਮੈਂ ਘਰ ਨੂੰ ਆਉਣ ਲੱਗਿਆ ਮੇਰੇ ਨਾਲ ਨਾਲ ਆ ਗਿਆ ਜਦੋਂ ਇੱਥੇ ਆਇਆ ਨਾ ਸਾਰੇ ਕੁੱਤੇ ਆਪਣਾ ਟੋਮੀ ਵੀ ਜੈਰੀ ਵੀ ਹੋਰ ਇੱਧਰ ਚਾਚੇ ਜੀ ਨੂੰ ਸਾਰੇ ਵਿਚਾਰੇ ਨੂੰ ਚਿੰਬੜ ਗਏ ਸੀ ਭੱਜ ਕੇ ਬਾਹਰ ਨਿਕਲੇ ਪਤਾ ਨੀ ਕੀ ਹੋ ਗਿਆ ਜਦ ਦੇਖਿਆ ਹਨਾ ਫਿਰ ਡੰਡਾ ਲੈ ਕੇ ਗਏ ਉਧਰ ਸਰਦਾਰ ਜੀ ਹਨਾ ਫਿਰ ਉਸ ਤੋਂ ਬਾਅਦ ਚ ਕੁੱਤੇ ਨੂੰ ਕਿਤੇ ਜਾ ਕੇ ਉਹ ਕਰਿਆ
ਤੇ ਫਿਰ ਹਨਾ ਉਹ ਵਿਚਾਰਾ ਸ਼ੇਰੂ ਘਰੇ ਆ ਗਿਆ। ਫਿਰ ਅਸੀਂ ਉਹਨੂੰ ਬਿਠਾਇਆ ਬਿਠੂਇਆ ਵਿਚਾਰੇ ਨੂੰ, ਪਾਣੀ ਪੂਣੀ ਪਿਲਾਇਆ ਹਨਾ, ਰੋਟੀ ਰੁਟੀ ਪਾਤੀ ਹਨਾ। ਉਹ ਸਰਦਾਰ ਜੀ ਦੇ ਨੇੜੇ ਤੇੜੇ ਨੇੜੇ ਤੇੜੇ ਕਿਤੇ ਜਾ ਕੇ ਫਿਰ ਹਨਾ ਅਸੀਂ ਪੌੜੀ ਨੀਚੇ ਜਗ੍ਹਾ ਬਣਾਈ ਵੀ ਉਹਨੂੰ ਇੱਥੇ ਬਿਠਾ ਦਾਂਗੇ। ਪਰ ਟੋਮੀ ਦੇ ਜੈਰੀ ਦਾ ਕਹਿਣਾ ਵੀ ਤੇਰਾ ਦੇਣਾ ਕੀ ਹੈ ਜੀ, ਅਸੀਂ ਤੈਨੂੰ ਇੱਥੇ ਬੈਠਣ ਦੇ ਦੀ। ਮਸਾਂ ਭਾਈ ਕੁੱਤੇ ਦਾ ਜੈਰੀ ਦਾ ਪਿਆਰ ਪਵਾਇਆ, ਜੇ ਅਸੀਂ ਇੱਧਰ ਉੱਧਰ ਹੁੰਦੇ ਹਾਂ ਫਿਰ ਲੜ ਪੈਂਦੇ। ਹੁਣ ਸ਼ਾਮ ਜੇ ਨੂੰ ਫਿਰ ਹਨਾ ਉਹਨੂੰ ਪਹੁੰਚਾ ਦਿਆ ਸੀਗਾ, ਦੁਪਹਿਰ ਦਾ ਵੈਸੇ ਉਹ ਸੋ ਰਹੇ ਪੌੜੀ ਨੀਚੇ ਬੈਠੇ। ਸਗੋਂ ਮੈਂ ਕਹੀ ਜਾਵਾਂ, ਮੈਂ ਕਿਹਾ ਲੜਾ ਨਾ ਤੁਸੀਂ ਲੜਾ, ਤੁਹਾਡਾ ਬੜਾ ਭਾਈ ਆਇਆ ਇੱਧਰ। ਸਾਡੀ ਮਾਸੀ ਕਹੇ ਕਹਿੰਦੀ ਹਾਂ ਆ ਗਿਆ ਇਹਨਾਂ ਦਾ ਬੜਾ ਭਾਈ, ਹਾਂ ਸਾਸ ਝੱਲੇ ਹੋਏ ਨੇ, ਕਹਿੰਦੇ ਆਹ ਕੁੱਤਾ ਇਹਦੇ ਨਾਲ ਟੋਰ ਹੈ ਫਲਾਣਾ ਹੈ ਨਾ ਸਾਰੇ ਜਣੇ। ਪਰ ਹੁਣ ਬੇਚਾਰਾ ਹੁਣ ਫਿਰ ਉਦੋਂ ਨੇ ਰੋਟੀ ਪਾਈ ਉਹਨੂੰ, ਦੁਪਹਿਰੇ ਵੀ ਰੋਟੀ ਪਾਈ ਸੀ, ਪਾਣੀ ਪੂਣੀ ਪਿਲਾਏ ਉਹਨੂੰ। ਹੁਣ ਦੇਖਦੇ ਰਾਤ ਨੂੰ ਕੀ ਬਣਦਾ। ਸਗੋਂ ਮੰਮੀ ਉਹਨੇ ਕਹਿ ਰਹੇ ਨੇ ਉਦੋਂ ਨੂੰ, ਕਹਿੰਦੇ ਤੂੰ ਨਾ ਰਾਤ ਨੂੰ ਬਾਹਰ ਮੰਜੇ ਡਾ ਕੇ ਸੋਈ, ਵੀ ਜੇ ਰਾਤ ਨੂੰ ਲੜਾਈ ਪੈ ਗਈ ਇਹਨਾਂ ਦੀ ਫਿਰ ਤੂੰ ਛਡਾ ਦੀ। ਮੈਂ ਕਿਹਾ ਚੱਲ ਦੇਖੀ ਜਾਊਗੀ। ਲਓ ਜੀ ਗੱਲਾਂ ਕਰਦੇ ਕਰਦੇ ਇਹਨੂੰ ਆਪਾਂ ਨੇ ਕੱਪੜੇ ਦੀ ਤਹਿ ਲਾ ਦੇਣੀ ਹੈ, ਤੇ ਫਿਰ ਜਾ ਕੇ ਬਣਾਵਾਂਗੇ ਰੋਟੀ, ਤੇ ਫਿਰ ਨਾਲੇ ਜਾ ਕੇ ਪਾਵਾਂਗੇ ਡੋਗੀਆਂ ਰੋਟੀਆਂ। ਵੈਸੇ ਆਹ ਸੂਟ ਵੀ ਮੇਰੇ ਸਰਦਾਰ ਜੀ ਨੂੰ ਪਸੰਦ ਦਾ ਹੈ, ਦੇਖਦੇ ਹਾਂ ਕਿੱਦਾਂ ਦਾ ਲੱਗਦਾ ਹੈ। ਵਾਈਟ ਇਹ ਸੂਟ ਨਾ ਮੈਂ ਲੈ ਕੇ ਆਈ ਸੀਗੀ, ਇੱਕ ਇੱਕ ਨੀ ਦਰਿਆਣਾ ਚਾਚਾ ਜੀ ਦੀ ਬੇਟੀ ਇੱਕ ਉਹ ਲੈ ਕੇ ਆਈ ਸੀ, ਉਹਨੇ ਪਤਾ ਨੀ ਸਵਾਇਆ ਪਤਾ ਨਹੀਂ, ਮੈਂ ਤਾਂ ਸਵਾ ਲਏ, ਮੈਂ ਸਾਰੇ ਸੂਟ ਸਵਾ ਲਏ, ਮੈਂ ਕੋਈ ਸੂਟ ਨੀ ਛੱਡੇ ਹੈਗਾ। ਮੈਂ ਕਿਹਾ ਸਵਾ ਲੈਂਦੀ ਹਾਂ ਹੁਣ ਗਰਮੀ ਹੈ ਹਨਾ, ਅੱਗੇ ਵੀ ਜਿਵੇਂ ਪਾਮ ਹੋ ਜਾਂਦੇ ਨੇ। ਚਲੋ ਜੀ ਫਰੈਂਡਸ, ਇਹਦਾ ਸੀਗੀ ਆਪਣੀ ਅੱਜ ਦੀ ਵੀਡੀਓ। ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਨਾਲ, ਤਦ ਤੱਕ ਸਾਰਿਆਂ ਨੂੰ ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ।